ਆ ਚੱਕੋ ਬਾਈ ਇਹ ਕਰ ਤੋਂ ਲੈ ਕੇ ਆਇਆ ਮੈਂ ਪੈਪ ਅੱਜ ਸਵੇਰੇ ਸਵੇਰੇ ਬਈ ਮੈਂ ਇੱਥੇ ਆਇਆ ਪੂਲ ਨੂੰ ਯਾਰ ਚੰਗੀ ਤਰ੍ਹਾਂ ਨਾਲ ਸਾਫ਼ ਕਰਕੇ ਗਿਆ ਤੁਹਾਨੂੰ ਮੈਂ ਦਿਖਾਉਣਾ ਆਜੋ ਤੇ ਇਹ ਪੈਪ ਨੂੰ ਬਾਈ ਐਵੇਂ ਕਰਕੇ ਬਿਸ਼ਾਉਨੇ ਆ ਉੱਥੇ ਹਨਾ ਪੰਪਾ ਉਹਦੇ ਵਿੱਚ ਲਾਉਨੇ ਆ ਤੇ ਫਿਰ ਬਾਈ ਪੈਪ ਇੱਥੇ ਤੱਕ ਪਹੁੰਚ ਜਾਊਗਾ ਸਿੱਧਾ ਪੂਲ ਤੱਕ ਆ ਲਓ ਤੇ ਮੈਂ ਪਹਿਲਾਂ ਮੈਂ ਗੇਟ ਬੰਦ ਕਰਦਾ ਤੇ ਇਧਰ ਤੋਂ ਦੇਖੋ ਬਾਈ ਪੂਰਾ ਇਹਨਾਂ ਨੂੰ ਪਹਿਲਾਂ ਯਾਰ ਅੰਦਰ ਕਰਨਾ ਪੈਣਾ ਕਿਉਂਕਿ ਬਾਈ ਜਦੋਂ ਪੈਪ ਉਧਰ ਤੋਂ ਇਧਰ ਆਉਣਾ ਇਹ ਗੇਟ ਨੂੰ ਯਾਰ ਖੁੱਲਾ ਰੱਖਣਾ ਪੈਣਾ ਐਵੇਂ ਤਾਂ ਫਿਰ ਬਾਈ ਆਪਣੇ ਸਾਰੇ ਤੇ ਸਾਰੇ ਪਰਿੰਦੇ ਬਾਹਰ ਨਿਕਲ ਜਾਣਗੇ ਜੇ ਇਹ ਉਧਰ ਹੋਣਗੇ ਫਿਰ ਬਾਈ ਗੇਟ ਖੁੱਲਾ ਰਹੂਗਾ ਤੇ ਪੂਲ ਬਾਈ ਜਲਦੀ ਜਲਦੀ ਕੀ ਹੋ ਜਾਊਗਾ ਭਰ ਜਾਊਗਾ ਰੌਕਸੀ ਨੂੰ ਵੀ ਉਧਰੇ ਕਰ ਦਾਂਗੇ ਠੀਕ ਹੈ ਰੌਕਸੀ ਇਧਰ ਦੇਖੋ ਬਾਈ ਰੌਕਸੀ ਨੂੰ ਪਤਾ ਲੱਗ ਗਿਆ ਵੀ ਇਹ ਸਾਰੇ ਪਰਿੰਦੇ ਨੂੰ ਆਪ ਇਧਰ ਕਰਤਾ ਵੀ ਹੁਣ ਮੇਰਾ ਮਾਲਕ ਮੈਨੂੰ ਵੀ ਇੱਧਰ ਕਰੂਗਾ ਆ ਬਚਾਰੀ ਉੱਠ ਕੇ ਨਾ ਜਾਣ ਦੀ ਕੋਸ਼ਿਸ਼ ਤਾਂ ਕਰਦੀ ਆ ਰੌਕਸੀ ਵੈਰੀ ਗੁੱਡ ਵੈਰੀ ਗੁੱਡ ਹਾਂ ਹਾਂ ਚੱਲ ਚੱਲ ਥੋੜਾ ਜਿਹਾ ਜ਼ੋਰ ਹੋਰ ਲਾ ਦੇ ਉਹ ਦੇਖ ਲੈ ਗੇਟ ਨੇੜੀ ਆ ਹੁਣ ਤਾਂ ਵੈਸੇ ਇਹਦੀ ਆਪਾਂ ਜਿੰਨੀ ਮਰਜ਼ੀ ਪ੍ਰੈਕਟਿਸ ਕਰਾ ਲਈਏ ਵੀ ਹੈ ਨਾ ਜੋ ਮਰਜ਼ੀ ਕਰਵਾ ਲਈਏ ਇਹ ਯਾਰ ਕਦੇ ਵੀ ਵਿਚਾਰੀ ਉੱਠ ਕੇ ਹੈ ਨਾ ਆਪ ਨਹੀਂ ਚੱਲ ਸਕੂਗੀ ਇਹਨੂੰ ਮੈਂ ਪਰੇ ਕਰ ਦਨਾ ਆ ਲੈ ਹੁਣ ਜਾ ਹੰਦੀ ਆ ਉਹ ਦੇਖੋ ਬਸ ਇੱਕ ਵਾਰ ਇਹਨੂੰ ਕੰਧ ਦਾ ਸਹਾਰਾ ਮਿਲ ਜੇ ਉਹ ਮਿਲ ਗਿਆ ਕੰਧ ਦਾ ਸਹਾਰਾ ਹੁਣ ਤਾਂ ਇਹਨੇ ਆਪਦੇ ਆਪ ਆਹ ਦੇਖੋ ਆਹ ਦੇਖੋ ਏ ਏ ਇੱਥੇ ਬੈਠ ਜਾਣਾ ਬੈਹ ਜਾ ਬੈਹ ਜਾ ਬੈਲਾ ਬਾਸ এবੀ ਯਾਰ ਚਲੋ ਬਹੁਤ ਮੈਨੂੰ ਸਹਾਰਾ ਹੋ ਗਿਆ ਇੰਨਾ ਕਹਨਾ ਵਿਚਾਰੀ ਤੁਰਦੀ ਆ ਉੱਠਦੀ ਆ ਬੈਂਦੀ ਆ ਕਿਉਂਕਿ ਬਾਈ ਕਈ ਵਾਰ ਜਦੋਂ ਰਾਤ ਨੂੰ ਮੀਂਹ ਆ ਜਾਂਦਾ ਨਾ ਇਹ ਫਿਰ ਰੌਕਸੀਏ ਰਾਤ ਨੂੰ ਇੱਥੇ ਹੁੰਦੀ ਆ ਨਹੀਂ ਬਾਈ ਮੈਨੂੰ ਅੱਗੇ ਇਹਨੂੰ ਫੜ ਕੇ ਅੰਦਰ ਕਰਨਾ ਪੈਂਦਾ ਸੀ ਹੁਣ ਇੱਥੋਂ ਨਾ ਆਪੇ ਛਾਲ ਅੰਦਰ ਮਾਰ ਜਾਂਦੀ ਆ ਖਾ ਲਓ ਬਾਈ ਖਾ ਲਓ ਤੁਹਾਨੂੰ ਸਭ ਨੂੰ ਦਾਣਾ ਪਾਤਾ ਉਹ ਵੀ ਤੁੱਟਾ ਹੋਇਆ ਤੁਸੀਂ ਫਿਰ ਵੀ ਲੜਦੇ ਹੋ ਗੇਟ ਕਰ ਦਿੰਨੇ ਆ ਬੰਦ ਹੁਣ ਇਹ ਗੇਟ ਨੂੰ ਆਪਾਂ ਜਿਵੇਂ ਬਾਈ ਮਰਜ਼ੀ ਖੋਲ੍ਹੀਏ ਹੁਣ ਆਪਾਂ ਨੂੰ ਇਹ ਖਤਰਾ ਤਾਂ ਨਹੀਂ ਰਹੂਗਾ ਵੀ ਆਪਣਾ ਕੋਈ ਜਾਨਵਰ ਇਹਰ ਬਾਹਰ ਨਿਕਲ ਜਾਊਗਾ ਆ ਲੋ ਮੈਂ ਆਪੇ ਖੋਲ੍ਹਤਾ ਤੇ ਇਧਰ ਤੋਂ ਬਾਈ ਦੋ ਟਰਕੀਆਂ ਦੇ ਚੂਚੇ ਉਹਨਾਂ ਨੂੰ ਵੀ ਬਾਹਰ ਕੱਢ ਦਨੇ ਆ ਤੇ ਗੇਟ ਨੂੰ ਕਰ ਦਨੇ ਆ ਪਹਿਲਾਂ ਬੰਦ ਆ ਜਾਓ ਬਈ ਇਹ ਆ ਦੇਖੋ ਯਾਰ ਟਰਕੀਆਂ ਦਾ ਚੂਚਾ ਕਿੱਡਾ ਵੱਡਾ ਹੋ ਗਿਆ ਇਹਨੂੰ ਤਾਂ ਵੈਸੇ ਹੁਣ ਆਪਾਂ ਵੱਡੇ ਪਰਿੰਦਿਆਂ ਵਿੱਚ ਵੀ ਛੱਡ ਸਕਦੇ ਆ ਇਹਨੂੰ ਮੈਂ ਤਾਂ ਨਹੀਂ ਛੱਡਦਾ ਕਿਉਂਕਿ ਫਿਰ ਯਾਰ ਕੱਲੇ ਹਨਾ ਮੋਰ ਦੇ ਚੂਚੇ ਨੇ ਰਹਿ ਜਾਣਾ ਫਿਰ ਬਈ ਇਹਦਾ ਕੱਲੇ ਦਾ ਦਿਲ ਨਹੀਂ ਲੱਗਣਾ ਹੁਣ ਬਈ ਮੋਰ ਦੇ ਚੂਚੇ ਦਾ ਇਹ ਦੋ ਚੂਚੇ ਨਾ ਦਿਲ ਪੂਰਾ ਲੱਗਿਆ ਹੋਇਆ ਬਸ ਫਿਰ ਜਦੋਂ ਮੋਰ ਦਾ ਚੂਚਾ ਥੋੜਾ ਜਿਆ ਵੱਡਾ ਹੋ ਗਿਆ ਨਾ ਫਿਰ ਤਾਂ ਬਈ ਇਹਨਾਂ ਨੂੰ ਆਪਾਂ ਉਧਰ ਕਰ ਦਿਆ ਕਰਾਂਗੇ ਫਿਰ ਤਾਂ ਮੋਰ ਦੇ ਚੂਚੇ ਨੂੰ ਵੀ ਉਧਰ ਹੀ ਕਰ ਦਿਆ ਰਦਾਸ ਜਮਾ ਬਾਈ ਇਹ ਫੀਮੇਲ ਨਹੀਂ ਹੈਗੀ ਇਹ ਮੇਲ ਆ ਆ ਦੇਖੋ ਬਾਈ ਇਹਦੇ ਉੱਪਰ ਆ ਦੇਖੋ ਕਲ ਗਈ ਆਉਣ ਲੱਗ ਗਈ ਥੋੜੇ ਟਾਈਮ ਤੱਕ ਵੱਡੀ ਹੋ ਜੂਗੀ ਫਿਰ ਤੁਸੀਂ ਦੇਖਿਓ ਬਾਈ ਜਦੋਂ ਇੱਥੇ ਮੋਰ ਦਾ ਚੂਚਾ ਨਾ ਵੱਡਾ ਹੋ ਕੇ ਫਿਰਿਆ ਕਰੂਗਾ ਪੂਰਾ ਯਾਰ ਇਹਨੇ ਮੋਰੇ ਬਣ ਜਾਣਾ ਆਪਣੇ ਬਾਈ ਇਹਨੇ ਸੈਟਅਪ ਦੀ ਟੌਰ ਬਣਾ ਦੇਣੀ ਆ ਤੇ ਹੁਣ ਓਏ ਓਏ ਨਾ 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 ਤੇ ਹੁਣ ਬਾਈ ਮੈਂ ਆ ਗਿਆ ਇੱਧਰ ਠੀਕ ਆ ਇਹ ਪੈਪ ਨੂੰ ਹੁਣ ਮੈਂ ਬਚਾਉਣਾ ਇਹ ਪੈਪ ਬਾਈ ਜਮਾ ਪੂਰਾ ਪੂਰਾ ਇੱਧਰ ਤੋਂ ਦੇਖੋ ਬਾਈ ਪੈਪ ਦਾ ਮੂੰਹ ਜਮਾ ਕੰਡੇ ਤੇ ਆ ਉਧਰ ਤੋਂ ਵੀ ਦੇਖਿਓ ਭਾਈ ਪੈਪ ਦਾ ਮੂੰਹ ਜਮਾ ਪੰਪ ਕੋਲਾ ਆਹ ਦੇਖੋ ਇਧਰ ਤੋਂ ਬਾਈ ਮੈਂ ਪੰਪ ਆਨ ਕਰਤਾ ਤੇ ਉਧਰ ਹੁਣ ਜਾ ਕੇ ਦੇਖਦੇ ਆ ਪੈਪ ਦਾ ਮੂੰਹ ਬਾਹਰ ਤਾਂ ਨਹੀਂ ਨਿਕਲ ਗਿਆ ਹੋਰ ਕਿਤੇ ਯਾਰ ਨਹੀਂ ਨਹੀਂ ਠੀਕ ਆ ਯਾਰ ਤੇ ਥੋੜਾ ਜਿਹਾ ਬਾਈ ਇਹਨੂੰ ਐਵੇਂ ਕਰ ਦਿੰਨੇ ਆ ਠੀਕ ਆ ਓਏ ਖੜਦਾ ਬਾਈ ਕਿੰਨੇ ਘੰਟੇ ਘੰਟੇ ਪਾਣੀ ਆ ਲੈ ਪਹਿਲਾਂ ਹੀ ਆ ਗਿਆ ਚਲੋ ਹੁਣ ਬਾਈ ਇਧਰ ਤੋਂ ਪੂਲ ਭਰਦਾ ਰਹੂਗਾ ਤੇ ਆਪਾਂ ਬਾਈ ਜੋ ਆਪਣੇ ਇਧਰ ਨਿੱਕੇ ਮੋٹے ਕੰਮ ਨੇ ਉਹ ਮਕਾ ਲੈਣੇ ਆ ਆ ਲੋ ਬਾਈ ਇਧਰ ਤੋਂ ਦੋ ਜਾਂ ਬਾਈ ਤਿੰਨ ਕਬੂਤਰ ਫੜਦਾ ਕਿਉਂਕਿ ਬਾਈ ਅੱਜ ਉਹ ਕਬੂਤਰ ਦੀ ਆਪਾਂ ਉਡਾਰੀ ਵੀ ਕਰਵਾਉਣੀ ਹੈ ਨਾ ਤੀਜੀ ਉਡਾਰੀ ਉਹਦੇ ਲਈ ਫਿਰ ਬਾਈ ਕਬੂਤਰ ਦਾ ਆਪਾਂ ਨੂੰ ਤਿੰਨ ਫੜਨੇ ਪੈਣੇ ਆ ਉਹਦੇ ਨਾਲ ਅਡਾਉਣੇ ਪੈਣੇ ਹੁਣ ਕੱਲੇ ਨੂੰ ਥੋੜੀ ੜਾ ਦਾਂਗੇ ਤੇ ਕਿਹੜੇ ਕਿਹੜੇ ਫੜੀਏ ਤਿੰਨ ਕਬੂਤਰ ਯਾਰ ਦੋ ਕਬੂਤਰ ਦਾ ਬਾਈ ਫੜ ਕੇ ਮੈਂ ਪਿੰਜਰੇ ਦੇ ਵਿੱਚ ਬੰਦ ਕਰ ਲੇ ਇੱਕ ਆਹ ਦੇਖੋ ਤੇ ਦੂਜਾ ਬਾਈ ਆਹ ਦੇਖੋ ਠੀਕ ਆ ਤੇ ਇਹ ਆ ਬਾਈ ਤੀਜਾ ਤੇ ਇਹਨਾਂ ਨੂੰ ਅਡਾਉਣ ਲਈ ਬਾਈ ਪਹਿਲਾਂ ਇਹਨਾਂ ਨੂੰ ਦੂਜੇ ਪਿੰਜਰੇ ਵਿੱਚ ਬੰਦ ਕਰਨਾ ਪੈਣਾ ਤੇ ਪੂਲ ਦੇ ਵਿੱਚ ਪਾਣੀ ਵੀ ਆ ਦੇਖੋ ਬਾਈ ਇੰਨਾ ਹੋ ਚੁੱਕਿਆ ਆ ਲਓ ਇਹ ਗੇਟ ਨੂੰ ਖੋਲਦੇ ਆ ਬਾਈ ਪਿੰਜਰੇ ਦੇ ਨਾਲ ਇੱਥੇ ਰੱਖ ਕੇ ਪਿੰਜਰਾ ਤੇ ਗੇਟ ਕਰ ਦਿੰਨੇ ਆ ਬਾਈ ਬੰਦ ਇਹ ਹੈਗਾ ਬਾਈ ਪਹਿਲਾ ਕਬੂਤਰ ਆ ਛੱਡਤਾ ਇਹ ਹੈਗਾ ਬਾਈ ਦੂਜਾ ਕਬੂਤਰ ਇਹਨੂੰ ਵੀ ਆ ਛੱਡਤਾ ਇਹ ਹੈਗਾ ਬਾਈ ਤੀਜਾ ਕਬੂਤਰ ਇਹਨੂੰ ਵੀ ਆ ਛੱਡਤਾ ਮੈਨੂੰ ਲੱਗਦਾ ਬਾਈ ਇਹ ਕਬੂਤਰ ਦੀ ਹੈ ਨਾ ਕੋਈ ਕਬੂਤਰੀ ਇਹ ਪਿੰਜਰੇ ਦੇ ਵਿੱਚ ਆ ਤਾਂ ਹੀ ਦੇਖੋ ਆ ਕੇ ਯਾਰ ਸਿੱਧਾ ਪਿੰਜਰੇ ਦੇ ਉੱਪਰ ਹੀ ਬੈਠ ਗਿਆ ਉਹ ਚੱਲ ਆ ਜਾਣਾ ਉਹਨੇ ਵਾਪਸ ਹੋ ਕੇ ਤੇ ਪੱਕੀ ਚੱਲੀ ਆ ਇੱਧਰ ਤੋਂ ਯਾਰ ਪਾਣੀ ਨਿਕਲਦਾ ਜ਼ਿਆਦਾ ਤਾਂ ਨਹੀਂ ਨਿਕਲਦਾ ਥੋੜਾ ਹੀ ਆ ਚਲੋ ਕੋਈ ਨਾ ਬਸ ਠੀਕ ਆ ਛੱਤ ਦੇ ਉੱਪਰ ਬਈ ਮੈਂ ਪਹੁੰਚ ਗਿਆ ਇਹ ਪਿੰਜਰੇ ਨੂੰ ਰੱਖ ਦਿੰਦੇ ਆ ਇੱਥੇ ਤੇ ਹੁਣ ਇਹ ਗੇਟ ਖੋਲਦੇ ਆ ਉੱਧਰਲੇ ਸਾਰੇ ਕਬੂਤਰਾਂ ਨੂੰ ਲੱਗੀ ਹੋਈ ਹੈ ਪਿਆਸ ਕਿਉਂਕਿ ਬਾਈ ਉਹਨਾਂ ਦੇ ਬੱਚੇ ਆ ਜਿੰਨਾ ਟਾਈਮ ਉਹ ਪਾਣੀ ਨਹੀਂ ਪੀਣਗੇ ਉਹਨਾਂ ਟਾਈਮ ਬਾਈ ਆਪਣੇ ਬੱਚੇ ਨੂੰ ਚੋਗਾ ਨਹੀਂ ਦੇਣਗੇ ਉਹਨਾਂ ਨੂੰ ਵੀ ਪਾਣੀ ਆਪਾਂ ਜਲਦੀ ਜਲਦੀ ਪਿਲਾ ਦਿੰਦੇ ਆ ਇੱਧਰ ਤੋਂ ਪਹਿਲਾਂ ਬੱਚਾ ਆ ਦੇਖੋ ਬੈਠਾ ਆ ਦੇਖੋ ਬਾਕੀ ਸਾਰੇ ਬੱਚੇ ਬਾਈ ਦਾਣਾ ਖਾ ਚੁੱਕੇ ਆ ਇਹ ਭੁੱਖਾ ਕਿਉਂਕਿ ਮੈਨੂੰ ਪਤਾ ਸੀ ਨਾ ਵੀ ਇਹਨੂੰ ਆਪਾਂ ਉਡਾਉਣਾ ਇਹ ਆ ਗਿਆ ਬਾਈ ਦੋ ਮੇਰੇ ਹੱਥ ਵਿੱਚ ਠੀਕ ਆ ਇਹ ਆ ਲੋਸ਼ ਇੱਕ ਉੱਡ ਗਿਆ ਦੂਜਾ ਵੀ ਉੱਡ ਗਿਆ ਆਹ ਗਏ ਦੋ ਓਏ ਚੱਲ ਉੱਠ ਉੱਠ ਅੱਗੇ ਤਾਂ ਜਦੋਂ ਮੈਂ ਇਹਨੂੰ ਉਡਾਇਆ ਮੈਂ ਕਦੇ ਛਤਰੀ ਤੇ ਬੈਠਾ ਨਹੀਂ ਅੱਜ ਪਤਾ ਨਹੀਂ ਕਿਉਂ ਬਹਿ ਗਿਆ ਸ਼ਾਇਦ ਮੈਨੂੰ ਲੱਗਦਾ ਅੱਜ ਇਹਦਾ ਬਈ ਉੱਡਣ ਦਾ ਮੂਡ ਨਹੀਂ ਹੋਣਾ ਇੱਕ ਆਪਦੇ ਆਪੇ ਨਿਕਲ ਕੇ ਉੱਡ ਗਿਆ ਆਹ ਬਹਿ ਗਿਆ ਬਾਈ ਉੱਡੇ ਨਹੀਂ ਚੱਲ ਓਏ ਉੱਠ ਤੂੰ ਉੱਠ ਹੋ ਗਿਆ ਇਹ ਆ ਗਿਆ ਓਏ ਤੂੰ ਵੀ ਉੱਠ ਇਹਦੇ ਨਾਲ ਉਡਾਣਿਆ ਇਹ ਆ ਨਹੀਂ ਉੱਡਦਾ ਯਾਰ ਆ ਮੈਂ ਚੱਕ ਲਿਆ ਪੱਥਰ ਹੁਣ ਤਾਂ ਉੱਡੂ ਏ ਆਹ ਉੱਡ ਗਿਆ ਬਾਈ ਹੋ ਗਿਆ ਬਸ ਹੁਣ ਨਹੀਂ ਬੈਂਦਾ ਹੁਣ ਤਾਂ ਬਾਈ ਜੋ ਇਹਦੇ ਨਾਲ ਆਪਾਂ ਉਡਾਇਆ ਨਾ ਉਹਨਾਂ ਨੂੰ ਵੀ ਥਕਾ ਕੇ ਫੇਰ ਬੈਠੂਗਾ ਤੁਸੀਂ ਦੇਖਿਓ ਇੱਕ ਦੋ ਤੇ ਤੀਜਾ ਆ ਇੱਕ ਰਹਿ ਗਿਆ ਬਾਈ ਇਹ ਵਾਲਾ ਓਏ ਆ ਜਾ ਤੇਰੇ ਨਾਲ ਦੇ ਉੱਡ ਕੇ ਕਿੰਨਾ ਚੁੱਸਤਾ ਯਾਰ ਲੈ ਛੋਟਾ ਜਿਹਾ ਪਿੰਜਰਾ ਇਹਦੇ ਵਿੱਚ ਨਹੀਂ ਫੜਿਆ ਜਾਂਦਾ ਆ ਫੜ ਲਿਆ ਬਾਈ ਇਹ ਇੱਕ ਦੋ ਇਹ ਆ ਲਓ ਬਾਈ ਇਹ ਤਾਂ ਸਿੱਧਾ ਹੀ ਗਿਆ ਉੱਪਰ ਨੂੰ ਦੇਖੋ ਲੈ ਗੋਲੀਆਂ ਅੰਗ ਜਾਂਦਾ ਸਿੱਧਾ ਹੀ ਉੱਪਰ ਨੂੰ ਇੱਕ ਦੋ ਇਹ ਤੀਜਾ ਆ ਜਾਂਦਾ ਚੌਥਾ ਬਾਈ ਨਵਾਂ ਬੱਚਾ ਉਹ ਕਿੱਥੇ ਆਉ ਉਹ ਕਿੱਥੇ ਆਉ ਕਿੱਥੇ ਉਗਿਤ ਇਥੇ ਹੋਊਗਾ ਯਾਰ ਚਲੋ ਹੁਣ ਆਪਾਂ ਥੱਲੇ ਚਲਦੇ ਆ ਤੇ ਇਹਨਾਂ ਲਈ ਪਾਣੀ ਲੈ ਕੇ ਆਉਨੇ ਆ ਇਹ ਹੁਣ ਉੱਡਦੇ ਰਹਿਣਗੇ ਇਹਨਾਂ ਨੇ ਆਪਦੇ ਆਪ ਆ ਕੇ ਛਤਰੀ ਤੇ ਬੈਠ ਜਾਣਾ ਤੇ ਉਹ ਵੀ ਮੈਂ ਤੁਹਾਨੂੰ ਦਿਖਾਉਂਦਾ ਰਹੂੰਗਾ ਜੇ ਟਾਈਮ ਨਾਲ ਆਗੇ ਤਾਂ ਨਹੀਂ ਫਿਰ ਯਾਰ ਸ਼ਾਮ ਨੂੰ ਮੈਨੂੰ ਕਾਫੀ ਕੰਮ ਹੁੰਦੇ ਆ ਮੈਂ ਸਾਰੇ ਪਰਿੰਦਿਆਂ ਦੀ ਸੈਟਿੰਗ ਵੀ ਕਰਨੀ ਹੁੰਦੀ ਹੈ ਜਿਵੇਂ ਬਾਈ ਮੈਂ ਤੁਹਾਨੂੰ ਪਿਛਲੇ ਬਲੌਗ ਦੇ ਵਿੱਚ ਦੱਸਿਆ ਫਿਰ ਯਾਰ ਘਰ ਦੇ ਮੈਨੂੰ ਬੋਲਣ ਲੱਗ ਜਾਂਦੇ ਆ ਜੇ ਮੈਂ ਥੋੜਾ ਬਹੁਤਾ ਬਾਈ ਲੇਟ ਹੋ ਜਾਵਾਂ ਜੇ ਜੇ ਤਾਂ ਟਾਈਮ ਨਾਲ ਆਗੇ ਫਿਰ ਤਾਂ ਬੈਠਦੇ ਵੀ ਦਿਖਾਉਂਗਾ ਅੰਦਰ ਕਰਕੇ ਦਾਣਾ ਦੂਣਾ ਪਾਉਂਦਾ ਸਭ ਕੁਝ ਦਿਖ ਸਾਰਿਆਂ ਨੂੰ ਇੱਧਰ ਓਏ ਪੂਲ ਵੀ ਆਪਣਾ ਦੇਖੋ ਭਾਈ ਫੁੱਲ ਹੁਣੇ ਵਾਲਾ ਚਲੋ ਥੱਲੇ ਚੱਲਦੇ ਆ ਇੱਕ ਮਿੰਟ ਗ੍ਰੇਡ ਤਾਂ ਬੰਦ ਕਰਦੀ ਏ ਭਾਈ ਮੇਨ ਕੰਮ ਤਾਂ ਭੁੱਲੇ ਗਏ ਸੀ ਆ ਗਏ ਦੋ ਤੇ ਤੀਜਾ ਆਹ ਚੌਥਾ ਨਵਾਂ ਬੱਚਾ ਨਹੀਂ ਦਿਖਦਾ ਭਾਈ ਆ ਦੇਖੋ ਡੜਾ ਕਿਉਂਕਿ ਭਾਈ ਇਹ ਸਫੇਦ ਚਿੱਟੇ ਰੰਗ ਦਾ ਅੰਦਰ ਮੈਂ ਆ ਗਿਆ ਹਾਂ ਭਾਈ ਕੰਨੂ ਹੁਣ ਮੈਂ ਸਾਰਿਆਂ ਨੂੰ ਦਾਣਾ ਪਾਉਣਾ ਤੇ ਦੂਜੀ ਗੱਲ ਖਾ ਕੇ ਦਾਣਾ ਆਪਦੇ-ਆਪਦੇ ਬੱਚਿਆਂ ਨੂੰ ਚੋਗਾ ਦੇ ਕੇ ਉਸ ਤੋਂ ਬਾਅਦ ਵਿੱਚ ਪਾਣੀ ਪੀ ਕੇ ਫਿਰ ਬਾਈ ਉਨੇ ਟਾਈਮ ਨੂੰ ਹੋ ਜਾਣੀ ਹੈ ਰਾਤ ਫਿਰ ਆਪਦਾ ਆਰਾਮ ਨਾਲ ਬੈਠੇ ਹੋ ਫਿਰ ਸਵੇਰੇ ਆ ਕੇ ਤੁਹਾਨੂੰ ਮੈਂ ਫਿਰ ਮਿਲੂੰਗਾ ਤੇ ਜੋ ਵੀ ਆਪਦਾ ਪ੍ਰੋਸੈਸ ਹੈ ਨਾ ਸਾਰਾ ਜਾਰੀ ਰੱਖੋ ਠੀਕ ਆ ਸਮਝ ਗਿਆ ਬਾਈ ਇਹ ਲਫਾਫੇ ਵਿੱਚ ਆ ਬਾਈ ਦਾਣਾ ਤੇ ਇੱਥੇ ਰੱਖ ਕੇ ਲਫਾਫਾ ਓ ਨਾ ਨਾ ਮੁਰਗੀ ਚੱਲ ਬਾਕੀ ਵੀ ਦਾ ਤੇਰੇ ਨਾਲ ਦੇ ਆ ਹੈ ਆ ਲਓ ਵੀ ਆਜੋ ਆਜੋ ਆ ਆ ਆ ਆ ਲਓ ਭਾਈ ਸਾਰਿਆਂ ਨੇ ਮਾਰੀ ਥੱਲੇ ਸ਼ਾਲ ਸ਼ਾਲ ਨਹੀਂ ਉੱਡ ਕੇ ਆ ਗਏ ਲਫਾਫੇ ਚੱਕ ਲੈਣਾ ਐਵੇਂ ਥੋੜਾ ਥੋੜਾ ਕਰਕੇ ਦਾਣਾ ਖੰਡਾ ਕੇ ਜੇ ਪਾ ਦਿੰਨਾ ਕਿਉਂਕਿ ਇੱਥੇ ਆ ਦੋ ਮੁਰਗੀਆਂ ਨੇ ਨਾ ਕਈ ਵਾਰ ਇਹ ਕਬੂਤਰਾਂ ਨੂੰ ਮਾਰਨ ਲੱਗ ਜਾਂਦੀਆਂ ਨੇ ਜੇ ਭਾਈ ਆਪਾਂ ਦਾਣਾ ਇਕੱਠਾ ਪਾ ਦਿੰਨੇ ਆ ਲਫਾਫਾ ਜਿਵੇਂ ਹੀ ਖਾਲੀ ਕਰਤਾ ਠੀਕ ਆ ਤੇ ਇਹਨੂੰ ਰੱਖ ਦਿੰਨੇ ਆ ਅੰਦਰ ਇਹਦੇ ਵਿੱਚ ਆ ਭਾਈ ਇੱਟਾਂ ਦੀ ਕੁੱਟੀ ਹੋਈ ਰੋੜੀ ਤੇ ਇਹ ਵੀ ਥੋੜੀ ਜੀ ਭਾਈ ਆ ਆ ਲਓ ਇੱਥੇਕ ਪਾ ਦਿੰਨੇ ਆ ਤੇ ਇਹਦਾ ਹੁਣ ਟੱਕਣ ਕਰਕੇ ਬੰਦ ਆ ਲਓ ਇਹਨੂੰ ਵੀ ਰੱਖ ਦਿੰਨੇ ਆ ਇੱਥੇ ਇਹ ਹੈਗੀ ਆ ਭਾਈ ਆਪਣੇ ਸਾਰੇ ਉਧਰਲੇ ਜਾਨਵਰਾਂ ਦੀ ਰੋਟੀ ਇਹ ਆਪਾ ਓਏ ਕੀ ਹੋ ਗਿਆ ਟਰਕੀ ਕਿਉਂਕਿ ਭਾਈ ਮੋਰ ਦਾ ਸੀ ਤਾਂ ਬੜੀ ਸਪੀਡ ਨਾਲ ਇਧਰ ਨੂੰ ਗਿਆ ਮੈਂ ਇਹ ਟਾਕੀ ਰਹੀ ਦੇਖਿਆ ਕੀ ਹੋ ਗਿਆ ਹੈ ਸਭ ਕੁਝ ਤਾਂ ਠੀਕ ਉਹ ਪੂਲ ਭਰ ਗਿਆ ਓਏ ਇੱਕ ਮਿੰਟ ਯਾਰ ਪਹਿਲਾਂ ਉਧਰੋਂ ਬੰਦ ਕਰ ਹੀ ਹੈ ਇੱਕ ਦੋ ਹਾਲੋ ਭਾਈ ਤਿੰਨ ਤੇ ਇਧਰ ਤੋਂ ਪਾਈਪ ਕੱਢ ਦਿੰਨੇ ਆ ਇੱਕ ਮਿੰਟ ਯਾਰ ਹੁਣੇ ਸਾਰਾ ਪਾਈਪ ਬਾਈ ਮੈਂ ਮੈਂ ਚੱਕ ਚੱਕ ਲੈ ਕੇ ਜਾਊਗਾ ਐਵੇਂ ਉੱਪਰ ਨੂੰ ਕਿਉਂਕਿ ਪਾਈਪ ਵਿੱਚ ਪਾਣੀ ਹੁੰਦਾ ਫਿਰ ਸਾਰਾ ਪਾਣੀ ਬਾਈ ਪੂਲ ਦੇ ਵਿੱਚ ਪੈ ਜਾਊਗਾ ਨਹੀਂ ਯਾਰ ਸਾਰਾ ਪਾਣੀ ਕੀ ਹੋਊਗਾ ਜੋ ਪਾਈਪ ਦੇ ਵਿੱਚ ਬੇਸਟ ਹੋਊਗਾ ਠੀਕ ਆ ਸਾਰਾ ਪਾਣੀ ਬਾਈ ਮੈਂ ਪਾਈਪ ਦੇ ਵਿੱਚੋਂ ਕੱਢਦਾ ਤੇ ਪਾਈਪ ਨੂੰ ਯਾਰ ਐਵੇਂ ਇਕੱਠਾ ਜਿਆ ਕਰਕੇ ਹਲੇ ਆਪਾਂ ਇੱਧਰ ਰੱਖ ਦਿੰਨੇ ਆ ਘਰ ਨੂੰ ਜਾਣ ਲੱਗਿਆ ਮੈਂ ਲੈ ਜਾਊਗਾ ਹੁਣ ਤੁਸੀਂ ਦੇਖੋ ਯਾਰ ਪੂਲ ਦਾ ਪਾਣੀ ਪਿਆ ਨਾ ਜਮਾਂ ਸਾਫ ਇੱਧਰ ਲਿਆਂਦਾ ਦਾਣਾ ਵੀ ਅੱਧ ਵਿੱਚ ਕਰ ਰਹੇ ਹਿਆ ਸੀ ਕਿਉਂਕਿ ਬਾਈ ਇਹਨਾਂ ਨੂੰ ਪਾਉਣੀ ਹੈ ਸਰੋਂ ਇਹਦੇ ਵਿੱਚ ਸਰੋਂ ਆ ਲਾਓ ਆ ਲਾਓ ਵੀ ਬੱਚੇ ਵਾਲੇ ਕਬੂਤਰ ਸਰੋਂ ਖਾ ਲਿਓ ਠੀਕ ਆ ਥੋੜੀ ਜੀ ਬਚ ਗਈ ਯਾਰ ਕੱਲ ਮੈਂ ਜਾਊਂਗਾ ਮਾਰਕੀਟ ਬਾਈ ਸਰੋਂ ਲੈ ਕੇ ਆਉਂਗਾ ਕਿਉਂ ਬਾਈ ਪਿਆ ਕਮਰਾ ਜਮਾ ਸਾਇਲੈਂਟ ਆ ਦੇਖੋ ਬਾਈ ਬੱਚਾ ਕਿੱਡਾ ਵੱਡਾ ਹੋ ਗਿਆ ਏ ਆ ਦੇਖੋ ਹੁਣ ਤਾਂ ਇਹਨੂੰ ਵੀ ਵੈਸੇ ਆਪਾਂ ਥੱਲੇ ਛੱਡ ਸਕਦੇ ਆ ਇਹਨੂੰ ਮੈਂ ਤਾਂ ਨਹੀਂ ਯਾਰ ਥੱਲੇ ਛੱਡਦਾ ਕਿਉਂਕਿ ਇਹ ਮੁਰਗੀ ਯਾਰ ਮਾਰਦੀ ਆ ਇਹਦੇ ਤੇ ਮਾਰੂ ਫੇਰ ਅਟੈਕ ਆ ਮੈਂ ਕੀ ਫਾਇਦਾ ਤੇ ਜਿਸ ਦਿਨ ਬਾਈ ਮੈਂ ਇਹ ਮੁਰਗੀ ਨੂੰ ਕੱਲ ਨੂੰ ਜਾਂ ਪਰਸ ਨੂੰ ਬਾਹਰ ਕੱਢੂਗਾ ਫੇਰ ਬਾਈ ਜਿੰਨੇ ਵੀ ਉਹਦੇ ਬੱਚੇ ਹੈਗੇ ਆ ਨਾ ਆਪ ਖੁਦ ਬਾਈ ਦਾਣਾ ਖਾਣ ਜੋਗੇ ਹੋ ਚੁੱਕੇ ਆ 100 ਦੇ ਵਿੱਚੋਂ 30% 70% ਨਹੀਂ ਹੋਏ ਉਹਨਾਂ ਨੂੰ ਵੀ ਹੁਣ ਬਾਈ ਆਪਾਂ ਥੱਲੇ ਛੱਡਿਆ ਕਰਾਂਗੇ ਤੇ ਹੁਣ ਇਹ ਬਾਲਟੀ ਆਪਾਂ ਲੈ ਚੱਲਦੇ ਆ ਬਾਈ ਸ਼ਕਤ ਦੇ ਉੱਪਰ ਇਹਨੂੰ ਰੱਖ ਕੇ ਇੱਥੇ ਇਹ ਵੀ ਗੇਟ ਬੰਦ ਕਰਦੀ ਏ ਯਾਰ ਇਹ ਆਹ ਸਾਰੇ ਦੇ ਲਾਗੇ ਸਾਰੇ ਪਾਣੀ ਪੀਣ ਹੁਣ ਕੋਈ ਰਹਿ ਨਾ ਜਾਵੇ ਕਿਉਂਕਿ ਹੁਣ ਤੋਂ ਫਿਰ ਤੁਹਾਨੂੰ ਦੁਬਾਰਾ ਡੇਢ ਘੰਟੇ ਤੱਕ ਪਾਣੀ ਮਿਲਣਾ ਬੱਚਿਆਂ ਦਾ ਸਾਈਜ਼ ਦੇਖੋ ਬਾਈ ਉਹਨਾਂ ਦਾ ਵੀ ਦੇਖੋ ਤੇ ਇਹਨਾਂ ਦਾ ਵੀ ਦੇਖੋ ਆ ਬੱਚਿਆਂ ਦਾ ਵੀ ਦੇਖੋ ਠੀਕ ਆ ਤੇ ਉਧਰ ਵੀ ਦੇਖੋ ਬਾਈ ਤੇ ਇੱਧਰ ਤਾਂ ਆਂਡੇ ਆ ਉਹ ਬੱਚਿਆਂ ਦਾ ਸਾਈਜ਼ ਅੱਗੇ ਕਬੂਤਰ ਆ ਗਿਆ ਯਾਰ ਤੇ ਇੱਧਰ ਆਹ ਦੇਖੋ ਬਾਈ ਇਹਨਾਂ ਨੂੰ ਯਾਰ ਆਪਾਂ ਐਵੇਂ ਕਰਦੇ ਆ ਇਹ ਬੱਚਿਆਂ ਨੂੰ ਜਾਲ ਦੇ ਵਿੱਚ ਬਿਠਾ ਕੇ ਟੰਗਦੀ ਆ ਜੇ ਛਤਰੀ ਤੇ ਬਿਠਾਈਏ ਕੀ ਕਰੀਏ ਛਤਰੀ ਤੇ ਬਿਠਾ ਦਿੰਨੇ ਆ ਹਾਂ ਵੀ ਪੀ ਲਿਆ ਪਾਣੀ ਇਹ ਗੇਟ ਨੂੰ ਕਰ ਦਿੰਨੇ ਆ ਬਾਈ ਬੰਦ ਤੇ ਇਹ ਛਤਰੀ ਨੂੰ ਹੁਣ ਮੈਂ ਚੱਕਦਾ ਤੇ ਇੱਥੇ ਬਾਈ ਖੜਾਉਣਾ ਨਹੀਂ ਯਾਰ ਛਤਰੀ ਦੇ ਨਾਲੋਂ ਜੇ ਆਪਾਂ ਜਾਲ ਦੇ ਵਿੱਚ ਬੱਚੇ ਪਾ ਦਈਏ ਵਧੀਆ ਰਹਿਾਂਗੇ ਕਿਉਂਕਿ ਹਲੇ ਬੱਚੇ ਛੋਟੇ ਆ ਉੱਡ ਕੇ ਬਾਈ ਥੱਲੇ ਨਹੀਂ ਆ ਸਕਦੇ ਗਿਰਨਗੇ ਫਿਰ ਜੇ ਉਹਨਾਂ ਨੂੰ ਅਚਾਨਕ ਬਾਈ ਕਦੇ ਉਡਣਾ ਵੀ ਪੈ ਗਿਆ ਇਹੀ ਜਾਲ ਨੂੰ ਬਾਈ ਮੈਂ ਚੱਕਦਾ ਤੇ ਆਹ ਲਓ ਤੇ ਜਾਲ ਦਾ ਬਾਈ ਮੂੰਹ ਕਰ ਲਿਆ ਖੁੱਡੇ ਵੱਲ ਨੂੰ ਤੇ ਆਹ ਖੁੱਡੇ ਦਾ ਗੇਟ ਖੋਲਤਾ ਤੇ ਇਹਨੂੰ ਬਾਈ ਇੱਥੋਂ ਚੱਕ ਕੇ ਇੱਥੇ ਰੱਖ ਦਿੰਨੇ ਆ ਤੇ ਇਹ ਗੇਟ ਖੋਲ ਦਿੰਨੇ ਆ ਇੱਕ ਬੱਚਾ ਇਹ ਆ ਬਾਈ ਦੇਖੋ ਬਾਈ ਬੱਚਾ ਕਿੰਨਾ ਮੋਟਾ ਪੂਰਾ ਬਾਈ ਤਾਕਤਵਾਰ ਆ ਆ ਲਓ ਠੀਕ ਆ ਤੇ ਇਹ ਆ ਬਾਈ ਦੂਜਾ ਬੱਚਾ ਤੇ ਇਹਨੂੰ ਵੀ ਆ ਲਓ ਛੱਡਤਾ ਤੇ ਇਹ ਆ ਬਾਈ ਤੀਜਾ ਬੱਚਾ ਇਹਨੂੰ ਵੀ ਆ ਲਓ ਬਾਈ ਛੱਡਦਾ ਤੇ ਇਹ ਆ ਬਾਈ ਚੌਥਾ ਬੱਚਾ ਮਾਪ ਦੇ ਬੱਚੇ ਤੋਂ ਪਰੇ ਨਹੀਂ ਹੁੰਦੀ ਇਹਨੂੰ ਇਹ ਆ ਵੀ ਪਤਾ ਨਹੀਂ ਮੇਰੇ ਬੱਚੇ ਨੂੰ ਕਿੱਥੇ ਲੈ ਜਾਊਗਾ ਕਿਤੇ ਨਹੀਂ ਲੈ ਕੇ ਜਾਂਦਾ ਬਾਈ ਸਿਰਫ 2 ਘੰਟੇ ਤੱਕ ਨਾ ਬੱਚਾ ਤੇਰੇ ਕੋਲ ਵਾਪਸ ਆ ਜਾਣਾ ਇਹ ਆ ਲਓ ਬਾਈ ਬਸ ਚਾਰੇ ਬੱਚੇ ਆ ਇੱਧਰ ਤਾਂ ਆਪਣੇ ਕੋ ਅੱਜ ਪਹਿਲੇ ਦਿਨ ਬਾਈ ਇਹ ਬੱਚਿਆਂ ਨੂੰ ਆਪਾਂ ਇੱਕ ਮਿੰਟ ਯਾਰ ਪਹਿਲਾਂ ਮੈਨੂੰ ਇਹ ਕਰ ਦੇਣ ਦੋ ਬੰਦ ਇਹ ਆ ਲਓ ਅੱਜ ਪਹਿਲੇ ਦਿਨ ਬਾਈ ਇਹ ਬੱਚਿਆਂ ਨੂੰ ਆਪਾਂ ਯਾਰ ਉੱਥੇ ਨਾ ਟੰਗਣ ਲੱਗਿਆ ਬਸ ਤੁਸੀਂ ਸਭ ਨੇ ਦਵਾ ਕਰਨੀ ਆ ਵੀ ਇਹ ਵੀ ਚਾਰ ਬੱਚੇ ਯਾਰ ਜਿਵੇਂ ਬਾਕੀ ਦੇ ਸਾਰੇ ਬੱਚੇ ਆਪਣੇ ਕੋ ਨਾ ਕਰਦੇ ਬਾਈ ਪੱਕੇ ਹੋਇਆ ਕੋਈ ਵੀ ਬੱਚਾ ਨਹੀਂ ਭੱਜਿਆ ਨਾ ਵੀ ਇਹ ਵੀ ਬੱਚੇ ਨਾ ਭੱਜਣ ਬਾਕੀ ਜਦੋਂ ਬਾਈ ਤੁਸੀਂ ਦੁਆ ਕਰਤੀ ਫਿਰ ਮੈਨੂੰ ਪੂਰੀ ਉਮੀਦ ਆ ਵੀ ਕਿਤੇ ਨਹੀਂ ਜਾਣਗੇ ਤੇ ਹੁਣ ਮੈਂ ਜਾਲ ਨੂੰ ਉੱਥੇ ਟੰਗ ਦਮਾਂ ਇਹ ਆ ਲਓ ਬਾਈ ਤੇ ਟਾਈਟ ਕਰ ਦਿੰਨੇ ਆ ਬਾਈ ਇਹਨੂੰ ਇਧਰਲੇ ਪਾਸੇ ਪੱਥਰ ਦੇ ਸਪੋਰਟ ਨਹੀਂ ਹੈਗੇ ਤੇ ਇਹ ਲਾ ਦਿੰਨੇ ਆ ਬਾਈ ਆ ਲਓ ਇਹ ਅੱਜ ਦਾ ਦਿਨ ਬਾਈ ਇਹਨਾਂ ਨੂੰ ਇਹ ਜਾਲ ਦੇ ਵਿੱਚ ਬਿਠਾ ਦਿੰਨੇ ਆ ਕੱਲ ਤਾਂ ਦਿਨ ਜਾਲ ਦੇ ਵਿੱਚ ਬਿਠਾ ਦਿੰਨੇ ਆ ਪਰਸੋਂ ਨੂੰ ਫਿਰ ਇੱਥੇ ਹੈ ਨਾ ਛਤਰੀ ਲਾ ਕੇ ਉਹ ਛਤਰੀ ਦੇ ਉੱਪਰ ਬਿਠਾ ਦਿਆ ਕਰਾਂਗੇ ਚਾਰ ਬੱਚੇ ਇੱਥੇ ਫਿਰ ਥੱਲੇ ਵਾਲੇ ਬੱਚੇ ਵੀ ਲੈ ਕੇ ਆਵਾਂਗੇ ਨਾ ਘੱਟ ਤੋਂ ਘੱਟ ਮੈਨੂੰ ਲੱਗਦਾ 7-8 ਬੱਚੇ ਬਾਈ ਛਤਰੀ ਤੇ ਬੈਠ ਜਾਣਗੇ ਮੈਂ ਬਾਈ ਜਾਣ ਲੱਗਿਆ ਸੀ ਥੱਲੇ ਦੇਖਿਆ ਤਾਂ ਬਾਈ ਆ ਦੇਖੋ ਤਿੰਨੇ ਤੇ ਆ ਕਬੂਤਰ ਪੁਰਾਣੇ ਤੇ ਇੱਕ ਬਾਈ ਨਵਾਂ ਬੱਚਾ ਚਾਰੇ ਨੀਵੇਂ ਹੋ ਗਏ ਇੱਕ ਮਿੰਟ ਯਾਰ ਇੱਕ ਕੈਮਰਾ ਪਤਾ ਨਹੀਂ ਕਿਉਂ ਬਲਰ ਹੋ ਜਾਂਦਾ ਇੱਕ ਆ ਦੇਖੋ ਤੇ ਦੂਜਾ ਬਾਈ ਆ ਦੇਖੋ ਤੇ ਤੀਜਾ ਬਾਈ ਆ ਦੇਖੋ ਤੇ ਚੌਥਾ ਬਾਈ ਆ ਦੇਖੋ ਇਹ ਬਾਲਟੀ ਦੇ ਵਿੱਚ ਬਾਈ ਇੰਨਾ ਗਾ ਪਾਣੀ ਬਚਿਆ ਹੋਇਆ ਇਹ ਪੂਲ ਦੇ ਵਿੱਚ ਆਪਾਂ ਅੱਜੇ ਪਾਣੀ ਪਾਇਆ ਨਾ ਤੇ ਇਹ ਪਾਣੀ ਬਾਈ ਇਹ ਪੂਲ ਦੇ ਵਿੱਚ ਪਾ ਦਿੰਨੇ ਆ ਤੇ ਮੈਂ ਘਰ ਜਾਨਾ ਬਾਲਟੀ ਨੂੰ ਬਾਈ ਫੁੱਲ ਕਰਕੇ ਲੈ ਕੇ ਆਉਣਾ ਮੋਟਰ ਚਲਾ ਕੇ ਠੀਕ ਆ ਬਾਈ ਟਰਕੀ ਦੇ ਚੂਚਿਓ ਕਿਉਂਕਿ ਬਾਈ ਇਹਨਾਂ ਨੂੰ ਇੱਥੇ ਪਾਣੀ ਨਹੀਂਗਾ ਫਿਰ ਮੈਂ ਤੁਹਾਨੂੰ ਆਕੇ ਪਾਣੀ ਰੱਖ ਦਾਂ ਠੀਕ ਆ ਪੂਲ ਦੇ ਵਿੱਚ ਨਹੀਂ ਜਾਂਦੇ ਬਾਈ ਇਹਨਾਂ ਨੂੰ ਡਰ ਲੱਗਿਆ ਰਹਿੰਦਾ ਵੀ ਕਿਤੇ ਅਸੀਂ ਪੂਲ ਦੇ ਵਿੱਚ ਨਾ ਗਿਰ ਜਾਈਏ ਆ ਦੇਖੋ ਘਰ ਤੋਂ ਲੈ ਕੇ ਆਇਆ ਪਾਣੀ ਦੀ ਫੁੱਲ ਬਾਲਟੀ ਜਮਾ ਕਰਕੇ ਇੱਧਰ ਮੈਂ ਦੇਖਿਆ ਬਈ ਆ ਟਰਕੀ ਯਾਰ ਬਾਹਰ ਨਿਕਲੇ ਚਲ ਉਧਰ ਚੱਲ 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 ਏ ਏ ਏ ਆ ਗਿਆ ਇੱਕ ਕੰਮ ਯਾਰ ਮੇਰੇ ਜ਼ਾਦ ਆਇਆ ਉਹ ਹੈਗਾ ਭਾਈ ਛੱਤ ਦੇ ਉੱਪਰ ਇੱਧਰ ਦੇਖੋ ਭਾਈ ਮੈਂ ਕੀ ਕਰਿਆ ਇਹ ਬੇਲ ਨੂੰ ਹਨਾ ਆਹ ਦੇਖੋ ਭਾਈ ਰੱਸੀ ਬੰਨਤੀ ਤੇ ਹੁਣ ਬੇਲ ਭਾਈ ਰੱਸੀ ਦੇ ਉੱਪਰ ਜਾਊਗੀ ਐਵੇਂ ਕਰਕੇ ਜਦੋਂ ਭਾਈ ਬੇਲ ਇੱਥੇ ਤੱਕ ਪਹੁੰਚ ਗਈ ਜੋ ਵੀ ਆਪਣੇ ਸਾਰੇ ਇੱਧਰ ਜਾਨਵਰ ਨੇ ਟੱਕੀ ਉਹਨਾਂ ਨੇ ਬੇਲ ਖਾ ਜਾਣੀਆਂ ਜਮਾ ਭਾਈ ਖਤਮ ਕਰ ਦੇਣਾ ਐਵੇਂ ਯਾਰ ਆਪਾਂ ਕਿਵੇਂ ਭਾਈ ਬੇਲ ਨੂੰ ਖਾਣ ਦੇ ਦਾਂਗੇ ਤੇ ਇੱਥੇ ਆਪਾਂ ਕੋਈ ਨਾ ਕੋਈ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਨਾ ਜਾਲੀ ਲਾ ਦਾਂਗੇ ਬੇਲ ਬਸ ਇੱਕ ਵਾਰ ਇੱਥੇ ਤੱਕ ਪਹੁੰਚ ਜੇ ਫਿਰ ਭਾਈ ਬੇਲ ਨੂੰ ਕੁਝ ਨਹੀਂ ਹੁੰਦਾ ਚਲੋ ਯਾਰ ਛੱਤ ਦੇ ਉੱਪਰ ਇੱਕ ਬੱਚਾ ਜੋ ਅੱਜ ਉਡਾਇਆ ਆਪਾਂ ਤੀਜੀ ਉਡਾਰੀ ਤੇ ਇਹਦੇ ਨਾਲ ਦੇ ਵੀ ਬਾਈ ਦੋ ਤਾਂ ਆ ਆ ਗਏ ਆ ਨੀਵਾ ਹੋ ਗਿਆ ਜਮਾ ਇੱਕ ਹੋ ਜਾਂਦਾ ਬਾਈ ਇੱਕ ਆ ਦੇ ਠੀਕ ਆ ਬੱਚਾ ਆ ਦੇਖੋ ਬਾਈ ਬੱਚਾ ਯਾਰ ਵਧੀਆ ਉਡਣ ਲੱਗ ਗਿਆ ਤੇ ਜਦੋਂ ਮੈਂ ਦੇਖਿਆ ਇਹ ਤਾਂ ਹਲੇ ਬਾਈ ਫਿਰਦੇ ਸੀ ਨੀਮਾ ਨੀਮਾ ਦੋ ਬੱਚਾ ਬਾਈ ਇਹ ਕਬੂਤਰ ਨਾ ਕਾਫੀ ਉੱਚਾ ਖੜਾ ਹੈ ਤੇ ਆ ਦੇਖੋ ਬਾਈ ਬੱਚਾ ਮੂਰੀ ਬੈਠਾ ਇਹਨੂੰ ਵੀ ਹੁਣ ਆਪਾਂ ਛਤਰੀ ਤੇ ਕੁਝ ਟਾਈਮ ਬਿਠਾ ਦਨੇ ਆ ਵੈਸੇ ਤਾਂ ਇਹ ਵੀ ਬੱਚਾ ਨਾ ਇੱਕ ਮਿੰਟਾ ਦੇਖੋ ਮੈਂ ਫੜ ਲਿਆ ਬਾਹਰ ਕੱਢ ਕੇ ਤੁਹਾਨੂੰ ਦਿਖਾਉਣਾ ਉੱਡਣ ਦੇ ਬਾਈ ਪੂਰਾ ਗਾਫਲ ਹੋ ਚੁੱਕਿਆ ਇਹਨੂੰ ਜਦੋਂ ਆਪਾਂ ਪਹਿਲੀ ਉਡਾਰੀ ਤੇ ਉਡਾਵਾਂਗੇ ਨਾ ਮੈਨੂੰ ਇੰਨਾ ਕ ਪਤਾ ਬਾਈ ਆਪਾਂ ਨੂੰ ਤੰਗ ਕਰੂਗਾ ਕਦੇ ਤਾਂ ਬਾਈ ਉੱਡੂਗਾ ਉੱਤੇ ਬੈਠੂਗਾ ਕਦੇ ਬਾਈ ਇੱਥੇ ਬੈਠੂਗਾ ਐਵੇਂ ਉੱਡੂਗਾ ਹੌਲੀ ਹੌਲੀ ਕਰਕੇ ਫਿਰ ਬਾਈ ਉਡਣਾ ਸਿੱਖ ਜਾਊਗਾ ਤਾਂ ਕਰਕੇ ਯਾਰ ਮੈਂ ਡਰ ਦੇ ਮਾਰੇ ਨੇ ਨਾ ਵੀ ਇਹਦੇ ਤੇ ਮੈਨੂੰ ਕਾਫੀ ਮਿਹਨਤ ਕਰਨੀ ਪੈਣੀ ਅੜਾ ਕੇ ਦੇਖਾਂਗੇ ਗੇਟ ਬਾਈ ਰਹਿ ਗਿਆ ਖੁੱਲਾ ਇਹਨੂੰ ਕਰ ਦਈਏ ਬੰਦ ਆਹ ਚਕੋਰਾ ਦੇਖੋ ਬਾਈ ਇਹ ਛਤਰੀ ਤੇ ਆ ਲਓ ਬਿਠਾਤਾ ਤੇ ਇਹ ਛਤਰੀ ਚੱਕਤੀ ਉੱਪਰ ਨੂੰ ਇਹ ਛਤਰੀ ਦੇ ਨਾਲ ਬਾਈ ਐਵੇਂ ਲਾ ਕੇ ਨਾ ਬੱਚੇ ਨੂੰ ਬਿਠਾ ਦੂੰਗਾ ਜੇ ਇਹ ਕਬੂਤਰ ਆਪਣੇ ਜੋ ਉੱਡਦੇ ਆ ਇਹਨਾਂ ਨੇ ਆਉਣਾ ਹੋਊਗਾ ਨਾ ਤੇ ਆਪਦੀ ਮਰਜ਼ੀ ਨਾਲ ਆ ਜਾਣਗੇ ਬਹਿ ਜਾ ਬਾਈ ਛਤਰੀ ਤੇ ਛਤਰੀ ਦਾ ਬਜਨ ਬਹੁਤ ਆ ਮੇਰੇ ਕੱਥ ਨਾ ਫੜੀ ਹੋਈ ਆ ਬਹਿ ਗਿਆ ਕਿ ਨਹੀਂ ਇੱਥੋਂ ਕਿਹੜਾ ਦਿਖਦਾ ਯਾਰ ਇੱਕ ਮਿੰਟ ਇੱਕ ਮਿੰਟ ਇਹ ਰਮਾ ਬਿਠਾ ਲਾ ਉਹਨੂੰ ਤੇ ਛਤਰੀ ਨੂੰ ਬਾਈ ਥੱਲੇ ਆ ਲਓ ਐਵੇਂ ਕਰਕੇ ਟਕਾਕੇ ਜੇ ਰੱਖ ਦਿੰਨੇ ਆ ਤੁਹਾਨੂੰ ਬੱਚਾ ਬੈਠਾ ਵੀ ਦਿਖਾ ਦਿੰਨਾ ਆਹ ਦੇਖੋ ਬੈਠਾ ਯਾਰ ਆ ਆਗੇ ਭਾਈ ਉੱਡਦੇ ਆਪਣੇ ਚਾਰ ਕਬੂਤਰ ਦੋ ਤੇ ਦੋ ਚਾਰ ਆਹ ਦੇਖੋ ਮੈਂ ਤੁਹਾਨੂੰ ਕਿਹਾ ਨਹੀਂ ਭਾਈ ਬੱਚਾ ਉੱਚਾ ਰਹਿ ਕੇ ਉੱਡਦਾ ਆਹ ਦੇਖੋ ਬੱਚਾ ਭਾਈ ਆਹ ਦੇਖਿਓ ਛਤਰੀ ਵਾਲਾ ਕਬੂਤਰ ਉੱਡ ਕੇ ਹਾਂ ਮਤਲਬ ਭਾਈ ਹੁਣ ਇਹ ਆਪ ਖੁਦ ਉੱਡਣਾ ਚਾਹਦਾ ਕੋਈ ਨਾ ਅੱਜ ਦਾ ਦਿਨ ਵੇਟ ਕਰ ਲੈ ਕੱਲ ਨੂੰ ਤੈਨੂੰ ਵੀ ਇਹਨਾਂ ਦੇ ਨਾਲ ਉੜਾ ਦੂੰਗਾ ਠੀਕ ਆ ਆ ਗਿਆ ਭਾਈ ਇੱਕ ਮੈਂ ਲੜਾ ਥੱਲੀ ਬੈਠੂਗਾ ਇਹ ਨਹੀਂ ਭਾਈ ਏ ਏ ਏ ਏ ਆਹ ਬਹਿ ਗਿਆ ਛਤਰੀ ਤੇ ਇੱਕ ਇਹ ਆ ਬਾਈ ਦੂਜਾ ਇਹ ਤਾਂ ਉੱਪਰ ਨੂੰ ਜਾਂਦਾ ਉਹ ਤੇਰੇ ਨਾਲ ਦਾ ਛਤਰੀ ਤੇ ਬਹਿ ਗਿਆ ਤੈਨੂੰ ਪਤਾ ਨਹੀਂ ਲੱਗਿਆ ਆ ਜਾ ਹੱਥੋਂ ਬਾਈ ਉਹਨੇ ਥੱਲੇ ਜਾਣਾ ਕਿਉਂਕਿ ਹੈਗਾ ਉਹ ਥਲੜਲਾ ਇਸ ਕਰਕੇ ਤੁਸੀਂ ਦੇਖੋ ਬਾਈ ਇਧਰ ਨੂੰ ਦੇਖ ਰਿਆ ਨਾ ਕਿ ਬਾਈ ਇਧਰ ਨੂੰ ਏ ਬਾਈ ਇਹਦੇ ਨਾਲ ਦਾ ਜੋ ਬਾਈ ਹੁਣ ਛਤਰੀ ਤੇ ਬੈਠਿਆ ਆ ਵੀ ਆਗੇ ਬਾਈ ਉੱਪਰ ਵਾਲੇ ਤੇ ਇੱਕ ਯਾਰ ਮੈਂ ਤੁਹਾਨੂੰ ਗੱਲ ਦੱਸਾਂ ਫੋਨ ਦੀ ਬੈਟਰੀ ਰਹਿ ਗਈ ਬਾਈ ਸਿਰਫ 3% ਫੋਨ ਨੇ ਯਾਰ ਹੁਣ ਹੋ ਜਾਣਾ ਬੰਦ ਤੇ ਇਹ ਵੀਡੀਓ ਦਾ ਮੈਂ ਐਂਡ ਵੀ ਇੱਥੇ ਕਰ ਦਿੰਨਾ ਕਿਉਂਕਿ ਫਿਰ ਐਂਡ ਨਹੀਂ ਹੋਣਾ ਯਾਰ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਆਪਣੇ ਚੈਨਲ ਨੂੰ ਯਾਰ ਜ਼ਰੂਰ ਬਾਈ ਸਬਸਕ੍ਰਾਈਬ ਕਰ ਲਿਓ ਤੇ ਦੂਜੀ ਗੱਲ ਬਾਈ ਅੱਜ ਜੋ ਆਪਾਂ ਬੱਚੇ ਯਾਰ ਜਾਲ ਦੇ ਵਿੱਚ ਪਾ ਕੇ ਬਿਠਾਇਆ ਇਹ ਚਲੋ ਵਧੀਆ ਹੋ ਜਾਊਗਾ ਇਹਨਾਂ ਨੂੰ ਪਤਾ ਲੱਗ ਜਾਊਗਾ ਜਦੋਂ ਇਹਨਾਂ ਨੂੰ ਆਪਾਂ ਕੱਲ ਨੂੰ ਛਤਰੀ ਛਤਰੀ ਤੇ ਬਿਠਾਵਾਂਗੇ ਨਾ ਵੀ ਅਸੀਂ ਟੇਕੇ ਬਾਈ ਇਹ ਛਤ ਪਹਿਲੇ ਦਿਨ ਜਾਲ ਦੇ ਵਿੱਚ ਬਿਠਾਇਆ ਵਧੀਆ ਕਰਿਆ ਚਲੋ ਠੀਕ ਆ ਓਕੇ ਬਾਏ ਆ